ਭਗਤ ਪੂਰਨ ਸਿੰਘ ਜੀ ਦਾ ਨਾਂ ਸਾਰੀ ਦੁਨੀਆ ਦੇ ਵਿੱਚ ਲਿਆ ਜਾਂਦਾ ਹੈ। ਉਹਨਾਂ ਨੇ ਸਾਰੀ ਉਮਰ ਲੂਲੇ ਲੰਗੜਿਆਂ ਤੇ ਪਿੰਗਲਿਆਂ ਦੀ ਸੇਵਾ ਕੀਤੀ। ਅੱਜ ਵੀ ਪਿੰਗਲਵਾੜਾ ਅੰਮ੍ਰਿਤਸਰ ਸਾਹਿਬ ਵਿਖੇ ਇਸ ਗੱਲ ਦੀ ਗਵਾਹੀ ਭਰਦਾ ਹੈ। ਅਤੇ ਅੱਜ ਕੱਲ੍ਹ ਬੀਬੀ ਇੰਦਰਜੀਤ ਕੌਰ ਜੀ ਬੜੀ ਮਹਾਨ ਸੇਵਾ ਕਰ ਰਹੇ ਨੇ। ਤੋ ਮੈਂ ਆਪ ਜੀ ਦੇ ਸਾਹਮਣੇ ਭਗਤ ਪੂਰਨ ਸਿੰਘ ਜੀ ਬਾਰੇ ਇੱਕ ਕਵਿਤਾ ਕਹਿਣ ਜਾ ਰਿਹਾ ਹਾਂ। ਉਸ ਤੋਂ ਪਹਿਲਾਂ ਸੇਵਾ ਬਾਰੇ ਇੱਕ ਬੰਦ ਕਹਿ ਰਿਹਾ ਹਾਂ। ਸੇਵਾ ਉਹ ਮਨੁੱਖ ਹੈ ਕਰ ਸਕਦਾ, ਕਿਰਪਾ ਜਿਹਦੇ ਤੇ ਕਰਦਾ ਪਰਮਾਤਮਾ ਹੈ। ਸੇਵਾ ਉਹ ਮਨੁੱਖ ਹੈ ਕਰ ਸਕਦਾ, ਕਿਰਪਾ ਜਿਹਦੇ ਤੇ ਕਰਦਾ ਪਰਮਾਤਮਾ ਏ। ਤਨ ਮਨ ਧਨ ਦੇ ਨਾਲ ਜੋ ਕਰੇ ਸੇਵਾ, ਸ਼ੁੱਧ ਹੁੰਦੇ ਸਰੀਰ ਤੇ ਆਤਮਾ ਏ। ਸੇਵਾ ਕਰਦਾ ਜੋ ਦੁਖੀ ਮਨੁੱਖਤਾ ਦੀ, ਉਹਦੇ ਪਾਪਾਂ ਦਾ ਹੁੰਦਾ ਫਿਰ ਖਾਤਮਾ ਏ। ਆ ਨਦਰੀ ਨਦਰ ਹੈ ਹੋ ਨਿਹਾਲ ਜਾਂਦਾ, ਮਿਲਦੀ ਆਤਮਾ ਵਿੱਚ ਪਰਮਾਤਮਾ ਏ। ਨਦਰੀ ਨਦਰ ਹੈ ਹੋ ਨਿਹਾਲ ਜਾਂਦਾ, ਮਿਲਦੀ ਆਤਮਾ ਵਿੱਚ ਪਰਮਾਤਮਾ ਏ। ਤੋ ਭਗਤ ਪੂਰਨ ਸਿੰਘ ਜਹੇ ਨਿਸ਼ਕਾਮ ਸੇਵਕ, ਭਗਤ ਪੂਰਨ ਸਿੰਘ ਜਹੇ ਨਿਸ਼ਕਾਮ ਸੇਵਕ, ਕਦੇ ਕਦੇ ਨਹੀਂ ਆਉਂਦੇ ਸੰਸਾਰ ਅੰਦਰ, ਭਲਾ ਸਦਾ ਸਰਬੱਤ ਦਾ ਮੰਗਦੇ ਨੇ। ਆ ਬਿਰਤੀ ਰਹਿੰਦੀ ਏ ਪਰ ਉਪਕਾਰ ਅੰਦਰ, ਲੂਲੇ ਲੰਗੜੇ ਪਾਗਲ ਤੇ ਕੁਸ਼ਤੀ, ਮਾਣਕ ਮੋਤੀ ਸਨ ਉਹਦੇ ਪਰਿਵਾਰ ਅੰਦਰ। ਲੂਲੇ ਲੰਗੜੇ ਪਾਗਲ ਤੇ ਕੁਸ਼ਤੀ, ਮਾਣਕ ਮੋਤੀ ਸਨ ਉਹਦੇ ਪਰਿਵਾਰ ਅੰਦਰ। ਤੇ ਸੇਵਾ ਕਰਨ ਦੀ ਰੀਝ ਹੀ ਰਹੀ ਹਰਦਮ, ਸੱਚੇ ਸੁੱਚੇ ਇਸ ਸੇਵਾਦਾਰ ਅੰਦਰ। ਸੇਵਾ ਕਰਨ ਦੀ ਰੀਝ ਹੀ ਰਹੀ ਹਰਦਮ, ਸੱਚੇ ਸੁੱਚੇ ਇਸ ਸੇਵਾਦਾਰ ਅੰਦਰ। ਤੇ ਡੇਰਾ ਸਾਹਿਬ ਲਾਹੌਰ ਦੇ ਗੁਰੂ ਘਰ ਵਿੱਚ, ਡੇਰਾ ਸਾਹਿਬ ਲਾਹੌਰ ਦੇ ਗੁਰੂ ਘਰ ਵਿੱਚ ਸੇਵਾ ਕੀਤੀ ਸੀ ਬੇਮਿਸਾਲ ਉਹਨਾਂ। ਛੱਡ ਗਿਆ ਸੀ ਕੋਈ ਅਪੰਗ ਬੱਚਾ, ਤੇ ਕੀਤੀ ਉਸ ਦੀ ਸਾਂਭ ਸੰਭਾਲ ਉਹਨਾਂ। ਪਿਆਰਾ ਸਿੰਘ ਸੀ ਪੈ ਗਿਆ ਨਾ ਉਸਦਾ, ਤੇ ਕੀਤੀ ਸੇਵਾ ਸੀ ਨਾਲ ਪਿਆਰ ਉਹਨਾਂ। ਸਾਰੀ ਉਮਰ ਹੀ ਉਸ ਨੂੰ ਕੋਲ ਰੱਖ ਕੇ ਕਾਇਮ ਜੱਗ ਵਿੱਚ ਕੀਤੀ ਮਿਸਾਲ ਉਹਨਾਂ। ਸਾਰੀ ਉਮਰ ਹੀ ਉਸ ਨੂੰ ਕੋਲ ਰੱਖ ਕੇ ਕਾਇਮ ਜੱਗ ਤੇ ਕੀਤੀ ਮਿਸਾਲ ਉਹਨਾਂ। ਤੇ ਜਦੋਂ ਦੇਸ਼ ਦੀ ਹੋ ਗਈ ਵੰਡ ਹੈ ਸੀ, ਜਦੋਂ ਦੇਸ਼ ਦੀ ਹੋ ਗਈ ਵੰਡ ਹੈ ਸੀ, ਉਹਨੂੰ ਪਿੱਠ ਤੇ ਚੁੱਕ ਲਿਆਏ ਹੈ ਸਨ। ਸੇਵਾ ਕਰਦੇ ਰਹੇ ਇੱਧਰ ਰਿਫਿਊਜੀਆਂ ਦੀ, ਜਿਹੜੇ ਬੜੇ ਹੀ ਉਦੋਂ ਘਬਰਾਏ ਹੈ ਸਨ। ਸੇਵਾ ਕਰਦੇ ਰਹੇ ਇੱਧਰ ਰਿਫਿਊਜੀਆਂ ਦੀ, ਜਿਹੜੇ ਬੜੇ ਹੀ ਉਦੋਂ ਘਬਰਾਏ ਹੈ ਸਨ।
ਖਾਣ ਪੀਣ ਦੇ ਲਈ ਸਮਾਨ ਸਾਰਾ ਘਰ ਘਰ ਜਾ ਕੇ ਆਪ ਲਿਆਏ ਹੈ ਸਨ ਤੇ ਭਾਈ ਕਨਈਆ ਜੀ ਵਾਂਗ ਹੀ ਭਗਤ ਜੀ ਵੀ ਸੇਵਾ ਕਰਨ ਲਈ ਜੱਗ ਵਿੱਚ ਆਏ ਹੈ ਸਨ। ਭਾਈ ਕਨਈਆ ਜੀ ਵਾਂਗ ਹੀ ਭਗਤ ਜੀ ਵੀ ਸੇਵਾ ਕਰਨ ਲਈ ਜੱਗ ਵਿੱਚ ਆਏ ਹੈ ਸਨ। ਸਾਰੀ ਉਮਰ ਹੀ ਕੀਤੀ ਸੀ ਉਹਨਾਂ ਸੇਵਾ, ਸਾਰੀ ਉਮਰ ਹੀ ਕੀਤੀ ਸੀ ਉਹਨਾਂ ਸੇਵਾ, ਦੁਖੀਆਂ ਰੋਗੀਆਂ ਬੇਸਹਾਰਿਆਂ ਦੀ ਨਾ ਹੀ ਅੱਕਦੇ ਤੇ ਨਾ ਹੀ ਥੱਕਦੇ ਸੀ, ਜਿੰਦ ਜਾਨ ਸਨ ਉਹਨਾਂ ਵਿਚਾਰਿਆਂ ਦੀ, ਸੋਚ ਸਮਝ ਕੇ ਸਦਾ ਹੀ ਹੱਲ ਕੱਢਦੇ, ਸੁਣ ਕੇ ਹਰ ਸਮੱਸਿਆ ਸਾਰਿਆਂ ਦੀ, ਤੇ ਦੁਨੀਆਂ ਵਿੱਚ ਨਾ ਜਿਨ੍ਹਾਂ ਨੂੰ ਕੋਈ ਪੁੱਛਦਾ, ਸੇਵਾ ਕਰਦੇ ਹੋ ਕਿਸਮਤ ਦੇ ਮਾਰਿਆਂ ਦੀ, ਦੁਨੀਆਂ ਵਿੱਚ ਨਾ ਜਿਨ੍ਹਾਂ ਨੂੰ ਕੋਈ ਪੁੱਛਦਾ, ਸੇਵਾ ਕਰਦੇ ਹੋ ਕਿਸਮਤ ਦੇ ਮਾਰਿਆਂ ਦੀ, ਬਿਨਾਂ ਕਿਸੇ ਵੀ ਕਿਸਮ ਦੇ ਵਿਤਕਰੇ ਦੇ ਸੇਵਾ ਕਰਦੇ ਰਹਿ, ਸਿਦਕ ਦੇ ਨਾਲ ਹੈ ਸਨ। ਯਾਦ ਕਰਦਾ ਸੀ ਉਹਨਾਂ ਨੂੰ ਜਦੋਂ ਜਿੱਥੇ ਉੱਥੇ ਪਹੁੰਚਦੇ ਉਹ ਹਰ ਹਾਲ ਹੈ ਸਨ, ਤੇ ਦਰਸ਼ਨ ਜਾਚਕ ਵੀ ਕੀਤੇ ਸਨ ਬਹੁਤ ਵਾਰੀ, ਦਰਸ਼ਨ ਜਾਚਕ ਵੀ ਕੀਤੇ ਸਨ ਬਹੁਤ ਵਾਰੀ, ਕਰਦੇ ਬਚਨਾਂ ਨਾਲ ਰਹੇ ਨਿਹਾਲ ਹੈ ਸਨ। ਸੇਵਾ ਸਿਮਰਨ ਸਿਦਕ ਤੇ ਸਾਦਗੀ ਦੀ ਜਿਉਂਦੀ ਜਾਗਦੀ ਉਹ ਮਿਸਾਲ ਹੈ ਸਨ। ਸੇਵਾ ਸਿਮਰਨ ਸਿਦਕ ਤੇ ਸਾਦਗੀ ਦੀ ਜਿਉਂਦੀ ਜਾਗਦੀ ਉਹ ਮਿਸਾਲ ਹੈ ਸਨ। ਤੇ ਸਾਰੀ ਸੰਗਤ ਦਾ ਉਹਨਾਂ ਸਹਿਯੋਗ ਲੈ ਕੇ, ਸਾਰੀ ਸੰਗਤ ਦਾ ਉਹਨਾਂ ਸਹਿਯੋਗ ਲੈ ਕੇ ਪਿੰਗਲਵਾੜਾ ਸੰਸਥਾ ਬਣਾਈ ਸੋਹਣੀ, ਲੂਲੇ ਲੰਗੜਿਆਂ ਪਾਗਲਾਂ ਕੁਸ਼ਟੀਆਂ ਦੀ ਦਿਨ ਰਾਤ ਹੀ ਸੇਵਾ ਕਮਾਈ ਸੋਹਣੀ, ਭਗਤ ਜੀ ਦੇ ਜਾਣ ਤੋਂ ਬਾਅਦ ਸੇਵਾ ਡਾਕਟਰ ਇੰਦਰਜੀਤ ਕੌਰ ਦੇ ਹਿੱਸੇ ਆਈ ਸੋਹਣੀ, ਭਗਤ ਜੀ ਦੇ ਜਾਣ ਤੋਂ ਬਾਅਦ ਸੇਵਾ ਇੰਦਰਜੀਤ ਕੌਰ ਦੇ ਹਿੱਸੇ ਆਈ ਸੋਹਣੀ, ਤੇ ਜੀਵਨ ਉਹਨਾਂ ਵੀ ਲੇਖੇ ਹੈ ਲਾ ਦਿੱਤਾ, ਹੁਣ ਤੱਕ ਹੈ ਸੇਵਾ ਨਿਭਾਈ ਸੋਹਣੀ, ਜੀਵਨ ਇਹਨਾਂ ਵੀ ਲੇਖੇ ਵਿੱਚ ਲਾ ਦਿੱਤਾ, ਤੇ ਸਾਰੀ ਉਮਰ ਹੀ ਸੇਵਾ ਨਿਭਾਈ ਸੋਹਣੀ, ਭਗਤ ਜੀ ਦੇ ਜੀਵਨ ਤੋਂ ਸੇਧ ਲੈ ਕੇ, ਭਗਤ ਜੀ ਦੇ ਜੀਵਨ ਤੋਂ ਸੇਧ ਲੈ ਕੇ ਸਮਾਜ ਸੇਵਾ ਦੇ ਕਾਰਜ ਚਲਾਓ ਸਾਰੇ, ਵਾਤਾਵਰਨ ਦਾ ਬੜਾ ਸੀ ਫਿਕਰ ਕਰਦੇ, ਪ੍ਰਦੂਸ਼ਣ ਰਹਿ ਤੇ ਫੇਰ ਬਣਾਓ ਸਾਰੇ। ਸਾਰੀ ਉਮਰ ਜੋ ਰੀਝ ਰਹੀ ਭਗਤ ਜੀ ਦੀ, ਥਾਂ ਥਾਂ ਰੁੱਖ ਤੇ ਬੂਟੇ ਲਗਾਓ ਸਾਰੇ, ਤੇ ਭਗਤ ਜੀ ਦੀ ਯਾਦ ਨੂੰ ਰਲ ਮਿਲ ਕੇ
ਚੜ੍ਹਦੀ ਕਲਾ ਨਾਲ ਜਾਚਕ ਮਨਾਓ ਸਾਰੇ, ਭਗਤ ਜੀ ਦੀ ਯਾਦ ਨੂੰ ਰਲ ਮਿਲ ਕੇ, ਚੜ੍ਹਦੀ ਕਲਾ ਨਾਲ ਜਾਚਕ ਮਨਾਓ ਸਾਰੇ, ਚੜ੍ਹਦੀ ਕਲਾ ਨਾਲ ਜਾਚਕ ਮਨਾਓ ਸਾਰੇ, ਚੜ੍ਹਦੀ ਕਲਾ ਨਾਲ ਜਾਚਕ ਮਨਾਓ ਸਾਰੇ।